ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮ ਇਨਫੋ YouTube ਚੈਨਲ ਤੇ Facebook ਪੇਜ ਤੇ ਹਾਜ਼ਰ ਹੋਇਆ 4 ਅਕਤੂਬਰ 2024 ਦੇ ਰੇਟ ਲੈ ਕੇ ਆਓ ਦੇਖਦੇ ਹਾਂ ਕੀ ਰੇਟ ਅੱਜ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ ਦੇ ਰਹੇ ਸ਼ੁਰੂਆਤ ਕਰਨ ਲੱਗੇ ਆ ਪੰਜਾਬ ਦੀ ਸਮਾਣਾ ਮੰਡੀ ਤੋਂ ਇੱਥੇ ਅੱਜ 1509 2400 ਰੁਪਏ ਤੋਂ ਲੈ ਕੇ 3035 ਰੁਪਏ ਤੱਕ ਵਿਕਿਆ ਤੇ 1847 ਦਾ ਰੇਟ 2500 ਰੁਪਏ ਤੋਂ ਲੈ ਕੇ 2850 ਰੁਪਏ ਤੱਕ ਰਿਹਾ ਸੁਪਰ 52 2500 ਰੁਪਏ ਤੱਕ ਵਿਕਿਆ ਅੱਗੇ ਗੱਲ ਕਰਦੇ ਹਾਂ ਸਫੀਦੋ ਮੰਡੀ ਦੀ ਤਾਂ ਇੱਥੇ ਅੱਜ ਜਿਹੜਾ 1509 ਦਾ ਰੇਟ ਹੈ ਉਹ 2971 ਰੁਪਏ ਤੋਂ ਲੈ ਕੇ 3250 ਰੁਪਏ ਤੱਕ ਰਿਹਾ ਹੈ ਵਧੀਆ ਰੇਟ ਹੈ ਜਿਹੜਾ ਆਪਾਂ ਮੰਨ ਸਕਦੇ ਹਾਂ ਪੰਜਾਬ ਦੇ ਮੁਕਾਬਲੇ ਚੰਗਾ ਰੇਟ ਹੈ ਜਿਹੜਾ ਸਫੀਦੋ ਮੰਡੀ ਦੇ ਵਿੱਚ ਅੱਜ ਰਿਹਾ ਹੈ 3250 ਰੁਪਏ ਟਾਪ ਰੇਟ ਰਿਹਾ ਹੈ ਗੁਹਾਣਾ ਮੰਡੀ ਦੇ ਵਿੱਚ ਅੱਜ 2948 ਰੁਪਏ ਤੋਂ ਲੈ ਕੇ 3187 ਰੁਪਏ ਦਾ ਰੇਟ ਰਿਹਾ ਹੈ ਰਾਤਿਆ ਮੰਡੀ ਦੇ ਵਿੱਚ ਅੱਜ 1509 3018 ਰੁਪਏ ਤੱਕ ਵਿਕਿਆ ਤੇ 1847 ਦਾ ਰੇਟ 2835 ਰੁਪਏ ਹੈ ਪੰਜਾਬ ਦੀ ਜੰਡਿਆਲਾ ਗੁਰੂ ਮੰਡੀ ਦੇ ਵਿੱਚ ਅੱਜ 1509 2500 ਰੁਪਏ ਤੋਂ ਲੈ ਕੇ 2940 ਰੁਪਏ ਤੱਕ ਰਿਹਾ ਟੁਹਾਨਾ ਦੀ ਗੱਲ ਕਰੀਏ ਤੇ ਇੱਥੇ ਜਿਹੜਾ 1509 3035 ਰੁਪਏ ਤੱਕ ਵਿਕਿਆ ਤੇ 1847 ਦਾ ਰੇਟ 2875 ਰੁਪਏ ਤੱਕ ਰਿਹਾ ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ 1509 2775 ਰੁਪਏ ਤੋਂ ਲੈ ਕੇ 3127 ਰੁਪਏ ਤੱਕ ਵਿਕਿਆ ਤੇ 1847 ਦਾ ਰੇਟ 2550 ਰੁਪਏ ਤੱਕ ਰਿਹਾ ਖੈਰ ਮੰਡੀ ਦੇ ਵਿੱਚ ਅੱਜ 1509 2671 ਰੁਪਏ ਤੋਂ ਲੈ ਕੇ 2952 ਰੁਪਏ ਤੱਕ ਵਿਕਿਆ ਤਰਾਵੜੀ ਮੰਡੀ ਦੇ ਵਿੱਚ 1509 ਜਿਹੜਾ 2800 ਰੁਪਏ ਤੱਕ ਵਿਕਿਆ ਕੈਥਰ ਮੰਡੀ ਦੇ ਵਿੱਚ 1509 ਦਾ ਰੇਟ 2900 ਰੁਪਏ ਤੱਕ ਰਿਹਾ ਪੰਜਾਬ ਦੀ ਤਰਨਤਾਰਨ ਮੰਡੀ ਦੇ ਵਿੱਚ ਅੱਜ 1509 2970 ਰੁਪਏ ਤੱਕ ਵਿਕਿਆ ਕੋਸੀ ਕਲਾ ਮੰਡੀ ਦੇ ਵਿੱਚ ਅੱਜ 1509 ਦਾ ਰੇਟ 2661 ਰੁਪਏ ਤੱਕ ਰਿਹਾ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤੇ ਇੱਥੇ ਅੱਜ 1509 ਦੇ ਰੇਟ 2992 ਰੁਪਏ ਤੱਕ ਰਹੇ ਗਨੌਰ ਦੇ ਵਿੱਚ ਅੱਜ 1509 3100 ਰੁਪਏ ਤੱਕ ਵਿਕਿਆ ਕਰੋੜਾ ਮੰਡੀ ਦੇ ਵਿੱਚ ਅੱਜ 1509 ਦਾ ਰੇਟ ਹੈ ਜਿਹੜਾ 2880 ਰੁਪਏ ਤੱਕ ਕੁਆਂਟਲ ਰਿਹਾ ਹਰਿਆਣੇ ਦੀ ਸਿਰਸਾ ਮੰਡੀ ਦੇ ਵਿੱਚ ਅੱਜ 1509 2600 ਰੁਪਏ ਤੋਂ ਲੈ ਕੇ 2980 ਰੁਪਏ ਤੱਕ ਵਿਕਿਆ ਤੇ 18 47 ਦਾ ਰੇਟ 2400 ਰੁਪਏ ਤੋਂ ਲੈ ਕੇ 17 2711 ਰੁਪਏ ਤੱਕ ਰਿਹਾ ਖਰਖੋਦਾ ਮੰਡੀ ਦੇ ਵਿੱਚ ਅੱਜ 1509 2800 ਰੁਪਏ ਤੱਕ ਵਿਕਿਆ ਤੇ ਰਾਣੀਆਂ ਮੰਡੀ ਦੇ ਵਿੱਚ 2825 ਰੁਪਏ ਤੱਕ ਦਾ ਜਿਹੜਾ ਰੇਟ ਅੱਜ ਰਿਹਾ ਸਮਾਲਕਾ ਮੰਡੀ ਦੇ ਵਿੱਚ 2838 ਰੁਪਏ ਤੱਕ 1509 ਵਿਕਿਆ ਤੇ ਪਿਹੋਵਾ ਦੇ ਵਿੱਚ 2881 ਰੁਪਏ ਤੱਕ ਦਾ ਰੇਟ ਰਿਹਾ ਕਰਨਾਲ ਮੰਡੀ ਦੇ ਵਿੱਚ ਅੱਜ 1509 2925 ਰੁਪਏ ਤੱਕ ਵਿਕਿਆ ਪੰਜਾਬ ਦੀ ਨਾਬਾ ਮੰਡੀ ਦੇ ਵਿੱਚ ਅੱਜ 1509 ਤੇ 1692 ਦਾ ਰੇਟ ਹੈ ਜਿਹੜਾ 2440 ਰੁਪਏ ਤੋਂ ਲੈ ਕੇ 2970 ਰੁਪਏ ਤੱਕ ਰਿਹਾ 1847 2500 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਵਿਕਿਆ ਤੇ ਸੁਪਰ 52 ਦਾ ਰੇਟ ਹੈ ਜਿਹੜਾ 2200 ਰੁਪਏ ਤੋਂ ਲੈ ਕੇ 2400 ਰੁਪਏ ਤੱਕ ਰਿਹਾ ਰੰਗਾਬਾਦ ਮੰਡੀ ਦੇ ਵਿੱਚ ਅੱਜ 1509 2700 ਰੁਪਏ ਤੋਂ ਲੈ ਕੇ 2861 ਰੁਪਏ ਤੱਕ ਵਿਕਿਆ ਪੁੰਡਰੀ ਮੰਡੀ ਦੇ ਵਿੱਚ 1509 ਦਾ ਰੇਟ ਹੈ ਜਿਹੜਾ 2855 ਰੁਪਏ ਤੋਂ ਲੈ ਕੇ 3155 ਰੁਪਏ ਰਿਹਾ ਤੇ 1847 2811 ਰੁਪਏ ਤੱਕ ਵਿਕਿਆ ਪੰਜਾਬ ਦੀ ਬਟਾਲਾ ਮੰਡੀ ਦੇ ਵਿੱਚ ਅੱਜ 1509 2700 ਰੁਪਏ ਤੋਂ ਲੈ ਕੇ 3010 ਰੁਪਏ ਤੱਕ ਵਿਕਿਆ ਜੁਲਾਨਾ ਮੰਡੀ ਦੇ ਵਿੱਚ 1509 ਦਾ ਰੇਟ 2845 ਰੁਪਏ ਰਿਹਾ ਤੇ ਫਤਿਹਬਾਦ ਮੰਡੀ ਦੇ ਵਿੱਚ 1509 2965 ਰੁਪਏ ਤੱਕ ਵਿਕਿਆ ਗੜਮੁਕਤ ਸ਼ਰਮੰਡੀ ਦੇ ਵਿੱਚ ਅੱਜ 1509 ਦਾ ਰੇਟ 2700 ਰੁਪਏ ਤੋਂ ਲੈ ਕੇ 2921 ਰੁਪਏ ਤੱਕ ਰਿਹਾ ਤੇ ਸ਼ਰਬਤੀ 2251 ਰੁਪਏ ਤੱਕ ਵਿਕਿਆ ਸੋਨੀਪਤ ਮੰਡੀ ਦੇ ਵਿੱਚ ਅੱਜ 1509 2751 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਵਿਕਿਆ ਤੇ ਲਾੜਵਾ ਮੰਡੀ ਦੇ ਵਿੱਚ ਅੱਜ 1847 ਦਾ ਰੇਟ 2705 ਰੁਪਏ ਰਿਹਾ ਕਲੈਤ ਮੰਡੀ ਦੇ ਵਿੱਚ ਅੱਜ 1509 2911 ਰੁਪਏ ਤੱਕ ਵਿਕਿਆ ਬੁੰਦੀ ਮੰਡੀ ਦੇ ਵਿੱਚ 1509 ਦਾ ਰੇਟ 2870 ਰੁਪਏ ਰਿਹਾ ਤੇ 1847 2600 ਰੁਪਏ ਤੱਕ ਵਿਕਿਆ ਸੁਗੰਧਾ ਦਾ ਰੇਟ 2300 ਰੁਪਏ ਰਿਹਾ ਪੰਜਾਬ ਦੀ ਸੁਨਾਮ ਮੰਡੀ ਦੇ ਵਿੱਚ ਅੱਜ 1509 3055 ਰੁਪਏ ਤੱਕ ਵਿਕਿਆ ਤੇ ਖਨੌਰੀ ਮੰਡੀ ਦੇ ਵਿੱਚ ਅੱਜ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ ਤੇ 1847 2805 ਰੁਪਏ ਤੱਕ ਵਿਕਿਆ ਰਦੌਰ ਮੰਡੀ ਦੇ ਵਿੱਚ ਅੱਜ 1509 ਦਾ ਰੇਟ 3010 ਰੁਪਏ ਰਿਹਾ ਅਲੀਗੜ ਮੰਡੀ ਦੇ ਵਿੱਚ ਅੱਜ 1509 2710 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਵਿਕਿਆ ਫਤਿਹਗੜ ਚੂੜੀਆਂ ਦੀ ਗੱਲ ਕਰੀਏ ਤਾਂ ਇੱਥੇ 1509 3000 ਰੁਪਏ ਤੱਕ ਵਿਕਿਆ ਜੀਤ ਮੰਡੀ ਦੇ ਵਿੱਚ ਅੱਜ 1509 2850 ਰੁਪਏ ਤੋਂ ਲੈ ਕੇ 3050 ਰੁਪਏ ਤੱਕ ਵਿਕਿਆ ਨਫਜਗੜ ਮੰਡੀ ਦੇ ਵਿੱਚ ਅੱਜ 1509 ਦਾ ਰੇਟ 2800 ਰੁਪਏ ਤੋਂ ਲੈ ਕੇ 3125 ਰੁਪਏ ਤੱਕ ਵਿਕਿਆ ਬਲੰਦ ਸ਼ਹਿਰ ਮੰਡੀ ਦੇ ਵਿੱਚ ਅੱਜ 1509 ਦਾ ਰੇਟ 2761 ਰੁਪਏ ਤੋਂ ਲੈ ਕੇ 2900 ਰੁਪਏ ਤੱਕ ਰਿਹਾ ਤੇ ਨਰਵਾਣਾ ਮੰਡੀ ਦੇ ਵਿੱਚ ਅੱਜ 1509 2950 ਰੁਪਏ ਤੱਕ ਵਿਕਿਆ ਪਿੱਲੂ ਖੇੜਾ ਮੰਡੀ ਦੇ ਵਿੱਚ 1509 ਦਾ ਰੇਟ 2850 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਕੁਆਂਟਲ ਵਿਹਾ ਸੋ ਕਿਸਾਨ ਵੀਰੋ ਇਹ ਸੀ ਅੱਜ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ ਦੇ ਰੇਟ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਫਿਰ ਹਾਜ਼ਰ ਹੋਵਾਂਗੇ ਨਵੇਂ ਰੇਟ ਲੈ ਕੇ ਧੰਨਵਾਦ